ਵੇਖਾਂ ਆ ਗਈ ਲੱਗਦਾ ਬੈਣੀ ਲੱਗੇ ਭਲਾ ਆਪਣੇ ਆਪ ਗੱਲ ਛੇੜਦੀ ਹੈ ਕਿ ਨਹੀਂ ਛੇੜਦੀ ਭਲਾ ਆ ਗਏ ਮੰਮੀ ਆ ਗਏ मैं चाह बना के ते लबन दी हां मम्मी ने चाह मंगी पर मैं इधर देखया मैं उधर गौर वाल गई ते तुही चुप करके बैंक चल गए दस के नहीं गए जे बैंक ही जाना ही घटो घट मेनू दस के ते जांदे चोरी जान दी की लोड़ ही उतो तुही चाह धरा गए चाह धर के मैं सर लबदी रही कदे इधर ओ कदे उधर वाजा मारा अगलिया ने कहना तेरे नाल रहंदी आ तेनू पता ही नहीं मैं माता किथे आ नहीं अज मुंडा घर सीगा ते मैं इहदा आसा लग्या भी मैं अज बैंक चो हो ही जावा चलो ओ ते चंगा होया मेनू भी आ के थोड़े जे पैसे धारे दे दियो सिलेंडर भरन वाला ही ते भरा लिए जिद ना आउणगे मैं तानू दे दूंगी ए ते हुण पेंशन दी गल करन दई आ इहनू हुण मैं पैसे किथों दऊं हुण कोई बहाना ला दनी आ एहो ते मैं सोचण दई हां पिछला का लेट हो गई पेंशन ते आई नहीं मैं लग्या नहीं कैप्टन दे पैसे आए नहीं के इहनू जरूरत वा एहो सोचया ही मैं एवें गई मिलदे फेरा ही पिया अच्छा निकले नहीं आ चलो कल नू फेर एक करी जाके वेख लियो भला मम्मी दही नहीं जमाया दूध थोड़ा हुंदा ना मां चाह दे सकदा दुकान पावांगे थोड़ी कमाई आऊगी ना फिर वधा लांगे दूध बना दिया करूं मैं अपने पोत नूं दही रोटी लिया था तानू भी अरे रोटी तो मैंने भूख ली आ अरे रोटी बिना खानी तो ਮੈਨੂੰ ਦੱਸ ਵੀ ਲੋਨ ਦਾ ਕੀ ਹੋਇਆ ਵਾ ਕਿੱਥੋਂ ਤੱਕ ਪਹੁੰਚਿਆ ਕੰਮ ਲੋਨ ਦੀ ਕਾਗਜ਼ੀ ਕਾਰਵਾਈ ਕਰ ਦਿੱਤੀ ਸਾਰੀ ਬਾਜੀ ਗਏ ਸੀ ਨਾਲ ਕੱਲ ਹੁਣ ਵੇਖੋ ਕਦੋਂ ਗੱਲ ਬਣਦੀ ਓਏ ਉਹਨੂੰ ਕਹਿ ਮੁੰਡੇ ਨੂੰ ਮਿੱਠਾ ਪੈਰਾ ਹੋ ਗਿਆ ਆਪਣੇ ਚਾਚੇ ਨਾਲ ਲੱਗਾ ਰਿਹਾ ਤੇ ਲੋਨ ਕਰਵਾ ਲਾ ਕਰਾ ਲੈਣਾ ਉਹਨੇ ਤੁਹਾਡੇ ਨਾਲੋਂ ਜ਼ਿਆਦਾ ਚਿੰਤਾ ਉਹਨੂੰ ਨਿਆਣਾ ਵਾ ਨਾ ਚਾਹੀ ਬੜਾ ਨਾਲੇ ਦੂਜਾ ਰੌਲਾ ਪਾਉਣ ਡਿਆ ਵੀ ਦਹੀਂ ਤੇ ਦਹੀਂ ਥੋੜਾ ਦੁੱਧ ਹੋਰ ਲੈ ਲਿਆ ਕਰੋ ਤੇ ਦਹੀਂ ਤੇ ਬਣਾ ਲਿਆ ਕਰੋ ਮੁੰਡਿਆਂ ਨੂੰ ਝਾਟੀ ਪੈਸੇ ਕਿੰਨੇ ਬਣ ਜਾਂਦੇ ਆ ਕਹਿਣ ਤੇ ਡਿਆ ਸੀ ਮੈਂ ਥੋੜਾ ਦੁਕਾਨ ਪਾ ਲਾਂਗੇ ਥੋੜੀ ਜਿਹੀ ਕਮਾਈ ਆਉਣ ਡੈ ਪੂਗੀ ਤੇ ਫਿਰ ਦੁੱਧ ਕਿਲੋ ਹੋਰ ਲਾ ਲਾਂਗੇ ਖਾਣ ਪੀਣ ਦੀ ਉਮਰ ਆਉਂਦੀ ਹੁਣ ਕੰਮ ਇੰਨਾ ਪੈਂਦਾ ਵਾ ਉਹ ਠੀਕ ਆ ਜ਼ਿਆਦਾ ਜ਼ਰੂਰੀ ਨਹੀਂ ਕਿ ਕਿਲੋ ਹੀ ਹੋਣਾ ਅੱਧਾ ਕਿਲੋ ਵਧਾ ਲਓ ਤੇ ਦਹੀਂ ਜਵਾ ਜਾ ਕਰ ਮੁੰਡੇ ਨੂੰ ਦਿਆ ਕਰ ਦਹੀਂ ਜੋਈ ਠੀਕ ਆ ਪੁੱਛ ਕੇ ਆਉਂਗੀ ਉਹਨਾਂ ਕੋ ਆਹੋ ਬੀਜੀ ਨੇ ਦੇ ਤਾ ਰੁਪਈਆ 20,000 ਕਢਾ ਕੇ ਗੌਰਵ ਨੂੰ ਕਹਿੰਦੇ ਚੱਲ ਮੇਰੇ ਵੱਲੋਂ ਜੇ ਤੇ ਕੋ ਹੋਣਗੇ ਮੋੜ ਦੀ ਮਾਤਾ ਨੇ ਦਿੱਤਾ ਵਾ ਹਾਂਜੀ ਉਹਨੇ ਤਾਂ ਚਾਹੀ ਬੜਾ ਕੱਲ ਹੀ ਨਾਲ ਗਈ ਬੈਂਕ ਚ ਲੈ ਕੇ ਉਹ ਬਦ ਕੋ ਕਾਥੋਂ ਲੈ ਲਈ ਉਹ ਤੇ ਦਵਾਈ ਦਾਰੂ ਵਿਚਾਰੀ ਲਿਆਉਂਦੀ ਰਹਿੰਦੀ ਆਪਣਾ ਆਪਣਾ ਚੱਲਦਾ ਉਹਦਾ ਅਸੀਂ ਨਹੀਂ ਮੰਗੇ ਆਪਣੀ ਮਰਜ਼ੀ ਨਾਲ ਹੀ ਦਿੱਤੇ ਉਹਨੇ ਕਹਿੰਦੇ ਮੈਂ ਇੰਨੇ ਕੁ ਸੇਵ ਕੀਤੇ ਆ ਕੋਈ ਨਹੀਂ ਤੁਸੀਂ ਵਰਤ ਲਓ ਜਦੋਂ ਆਪਣੀ ਕਮਾਈ ਆਊਗੀ ਦੇ ਦੂਗਾ ਬਾਕੀ ਦਵਾਈ ਦਾਰੂ ਦੀ ਜਿੱਥੇ ਲੋੜ ਪਊਗੀ ਕੋਈ ਨਹੀਂ ਲਿਆ ਦਾਂਗੇ ਚਲੋ ਠੀਕ ਆ ਅੰਮੀ ਪਾਣੀ ਦਿਓ ਹਾਂ ਲੈ ਮੈਂ ਚਾਚੇ ਦਾ ਫੋਨ ਹੈਲੋ ਅਰੇ ਸਤਿ ਸ਼੍ਰੀ ਅਕਾਲ ਮੈਂ ਘਰੇ ਹੀ ਹਾਂ ਹਾਂ ਦੁਕਾਨ ਤੇ ਚੱਲਿਆ ਸੀ ਅੱਛਾ ਕੋਈ ਨਹੀਂ ਫਿਰ ਮੈਂ ਚੱਲਦਾ ਨਾਲ ਤੁਸੀਂ ਮੈਨੂੰ ਉਹਦੇ ਦੁਕਾਨ ਤੇ ਲਾ ਆਇਓ ਹਾਂਜੀ ਠੀਕ ਆ ਕਿੱਥੇ ਜਾਣਾ ਚਾਚਾ ਦਾ ਫੋਨ ਸੀ ਉਹ ਕਹਿੰਦੇ ਮੇਰੇ ਨਾਲ ਬੈਂਕ 'ਚ ਚੱਲ ਤੇਰੇ ਸਾਈਨ ਹੋਣੇ ਆ ਤੇ ਪੈਸੇ ਲੈ ਆਈਏ ਚੱਲ ਹੋ ਹੀ ਆ ਜਾਂਦਾ
ਸਸੀਆ ਭਾਬੀ ਸਸੀਆ ਆ ਗਿਆ ਆ ਗਿਆ ਪਾਣੀ ਲਿਆ ਨਾ ਮੈਂ ਪਾਣੀ ਪੀਤਾ ਥੋ ਨਹੀਂ ਬੈ ਜਾ ਬਣੀ ਕੋ ਗੱਲ ਹਾਂ ਬਣ ਗਈ ਗੱਲ ਲੈਣ ਦੇ ਪੈਸੇ ਚਲੋ ਚੰਗਾ ਹੋਇਆ ਆ ਲੋ ਪੈਸੇ ਤੇ ਸਾਂਭ ਕੇ ਰੱਖ ਲੋ ਤੇ ਬਾਕੀ ਫਿਰ ਦੁਕਾਨ ਤੇ ਮੈਂ ਨਾਲੇ ਤੇ ਜਾਊਂਗਾ ਸਫਾਈ ਸੁਈ ਕਰਾ ਕੇ ਬੱਤੀ ਬੁੱਤੀ ਦਾ ਇੰਤਜ਼ਾਮ ਕਰਨਾ ਪੈਣਾ ਉੱਥੇ ਆਹ ਉਹ ਤਾਂ ਕਰਨਾ ਹੀ ਪੈਣਾ ਲਾਈਟ ਦਾ ਤੇ ਇਹਦੇ ਵਿੱਚ ਥੋੜੇ ਜਿਹਾ ਪੈਸੇ ਲੈ ਜੀ ਤੇ ਮਿਸਤਰੀ ਇੱਕ ਲਿਆ ਕੇ ਨਾ ਵਾਇਰਿੰਗ ਹੋਈ ਸਿਰਫ ਤਾਰ ਹੀ ਹੋਣ ਵਾਲੀ ਹੈ ਵਿੱਚ ਹਾਂ ਸਮਾਨ ਲਿਆਉਣਾ ਪੈਣਾ ਤੇ ਬਾਕੀ ਜਿਹੜੇ ਪੈਸੇ ਛੁੱਟਦੇ ਨਾ ਉਹ ਮੈਂ ਕਰਦਾ ਇੰਤਜ਼ਾਮ ਠੀਕ ਹੈ ਚਲੋ ਕੋਈ ਗੱਲ ਨਹੀਂ ਖਰੇ ਸਾਰੀ ਜਾਵੇ ਹਾਂ ਜੀ ਲੈ ਪਾਣੀ ਚ ਰੱਖਿਆ ਵੈਰੀ ਮੈਂ ਚਾਹ ਬਣਾਉਣ ਕੋ ਬੜਾ ਹੀ ਧੰਨਵਾਦ ਹੈ ਤੇਰਾ ਭਾਜੀ ਬੱਚੇ ਦੇ ਕੋਈ ਨਾਲ ਹੋਵੇ ਨਾ ਹੱਲਾ ਸ਼ੇਰੀ ਹੋ ਜੇ ਤੇ ਇਹਨੇ ਨਾ ਨਿਆਣਾ ਤੁਰਿਆ ਰਹਿੰਦਾ ਵਾ ਆਪਾਂ ਅੱਜ ਨੱਠ ਕੇ ਇੰਨਾ ਕੁ ਕੰਮ ਕਰਾਤਾ ਵਾ ਨਹੀਂ ਤੇ ਨਿਆਣੇ ਨੇ ਲੋਕਾਂ ਦੇ ਮੂੰਹ ਵਾਲੇ ਵਹਿੰਦੇ ਰਹਿਣਾ ਸੀ ਚੱਲ ਜੇ ਅਸੀਂ ਨਹੀਂ ਨਾਲ ਤੁਰਨਾ ਤੇ ਕਿੰਨੇ ਤੁਰਨਾ ਇਹਦੇ ਨਾਲ ਸਾਡਾ ਫਰਜ਼ ਬਣਦਾ ਤੁਰਨ ਦਾ ਬੱਚੇ ਨੂੰ ਆਸਰਾ ਚਾਹੀਦਾ ਪਿੱਛੇ ਕੋਈ ਨਹੀਂ ਕਰਾਉਂਦੇ ਨਾਲ ਹੋ ਗਏ ਵੀਰ ਜੀ ਕਿੱਥੇ ਆ ਵੀਰ ਜੀ ਆਹ ਵੇਖੋ ਰੋਟੀ ਖਾ ਕੇ ਦਵਾਈ ਖਾ ਲਈ ਦਵਾਈ 'ਚ ਪਤਾ ਨਹੀਂ ਨਸ਼ਾ ਵਾ ਇੰਨੀ ਨੀਂਦ ਆਉਂਦੀ ਆ ਆ ਜਾਓ ਉਹਨਾਂ ਲਾਗੇ ਆ ਜਾਓ ਮੈਂ ਚਾਹ ਬਣਾਉਂ ਵੀਰ ਜੀ ਬੈਠਾ ਬੈਠ ਬੈਠਾ ਬਾ ਕਿੱਦਾਂ ਠੀਕ ਆ ਸਿਹਤ ਹੁਣ ਸਿਹਤ ਠੀਕ ਆ ਦਵਾਈ ਦੁਈ ਖਾਧੀ ਰੰਮੇ ਪਿਆ ਸੀ ਹੋਰ ਕਿੱਦਾਂ ਬਣ ਗਈ ਗੱਲ ਹਾਂ ਲੈਣ ਦੇ ਪੈਸੇ ਦੇਤੇ ਭਾਬੀ ਨੂੰ ਫਿਰ ਨਾਲ ਹੋ ਕੇ ਮੈਂ ਜਾਂਦਾ ਫਿਰ ਉੱਥੇ ਦੁਕਾਨ ਦੁਕਾਨ ਵੇਹਨੇ ਕਾਫੀ ਚਿਰ ਦੀ ਬੰਦ ਹੀ ਪਈ ਆਪਣੀ ਦੁਕਾਨ ਸਫਾਈ ਸਫੂਈ ਹੋਣੀ ਫਿਰ ਇਹਨੂੰ ਕਹਿੰਦਾ ਕਾਰ ਸਫਾਈ ਸਫੂਈ ਬੱਤੀ ਬੱਤੀ ਲੈਟ ਲੁੱਟ ਹੈ ਉੱਥੇ ਆਹ ਤੇ ਗੱਲ ਬਹੁਤ ਹੀ ਵਧੀਆ ਬਣੀ ਉਹ ਸੋਨੇ ਦੇ ਸਵਾਦੇ ਵਾਲੀ ਗੱਲ ਹੋ ਗਈ ਹੁਣ ਨਾ ਤੈਨੂੰ ਮੈਨੂੰ ਤਾਂ ਇਹਦਾ ਪਤਾ ਨਹੀਂ ਕੋਈ ਇਹਨਾਂ ਗੱਲਾਂ ਦਾ ਤੂੰ ਆਵਾ ਤੁਰਿਆ ਫਿਰਿਆ ਤੇਰਾ ਕੰਮ ਜਲਦੀ ਜਲਦੀ ਕਰਾ ਦੇ ਨਾ ਇਹਨੂੰ ਮੈਂ ਕਿਹਾ ਸਫਾਈ ਸਫੂਈ ਕਰ ਦੁਕਾਨ ਦੀ ਤੇ ਲਾਈਟ ਦਾ ਕਰਦੇ ਪ੍ਰਬੰਧ ਉੱਥੇ ਲਾਈਟ ਹੈ ਨਹੀਂ ਲਾਈਟ ਦਾ ਕਰਦੇ ਸਟਾਫ ਨੇ ਸਮਾਨ ਬਾਕੀ ਜਿਹੜੇ ਥੋੜਨਗੇ ਪੈਸੇ ਇਹਨੂੰ ਮੈਂ ਕਹਿਤਾ ਮੈਂ ਪਾ ਦੂੰਗਾ ਦੇ ਦੂੰਗਾ ਕੋਈ ਗੱਲ ਨਹੀਂ ਉਹ ਆਪੇ ਹੌਲੀ ਹੌਲੀ ਹੋ ਜਾਂਦਾ ਵਾ ਅਦੇ ਨੇ ਤੁਰੀ ਦੇ ਕੀੜੀ ਨਹੀਂ ਮਾਰ ਉਹ ਵੀ ਪਹੁੰਚ ਜਾਂਦੀ ਮੰਜ਼ਲ ਤੇ ਜਿਹੜਾ ਗਿਆ ਹੌਲੀ ਹੌਲੀ ਚਲੋ ਕੋਈ ਗੱਲ ਨਹੀਂ ਇਹ ਗਲਾ ਕਹਿੰਦਾ ਬਹਿ ਗਿਆ ਨਾ ਦਵਾਈ ਨੇ ਬਹਿ ਗਿਆ ਇਹ ਦਵਾਈਆਂ ਦਾ ਹੀ ਹੁਣ ਨਾਲੇ ਮੌਸਮ ਚੇਂਜ ਹੋਣ ਡਿਆ ਪਾਣੀ ਪੂਣੀ ਠੰਡਾ ਪੀਤੇ ਆ ਹਾਂ ਹਾਂ ਨਹੀਂ ਸਮਝ ਆਉਣੀ ਦਵਾਈਆਂ ਖਾਣ ਡਿਆ ਫਿਰ ਵੀ ਇਹਦਾ ਬੋਲ ਭਾਰਾ ਵਾ ਬਹੁਤ ਚਲੋ ਹੋ ਜੂਗਾ ਠੀਕ ਆ ਕੋਈ ਨਹੀਂ ਦਵਾਈ ਤੇ ਖਾਣੀ ਪੈਣੀ ਜਿਹੜੀ ਦੱਸੀ ਹੈ ਬਾਕੀ ਰੋਟੀ ਖਾ ਲੋ Thank you.
गौरव पास हो गया खरे आंदा 70,000 रुपया मिल गया वा ते मैं तेनू ये गल कह आई हाँ जाइए चलिए वधाई दे आईए अगली ने पता की कहना वा जाली मर गई दीदी मैनू तो समझ नहीं आती इन्हों डर नहीं आता कि किश्तां तारन गए कितों अजे इन्हों को पहला लोन तो तरिया नहीं दोहरे लोन दे के नहीं दिता फिर नहीं लोन देना किन्ने इन्हों मेरे बंदे दे देड़ियां च वटे बैठे ही हो इन्हें दवाता ही यही कागज पत्र लभदा फिरदा ही मैनू तो यही शक आ कि इन्ने तो नहीं लाते चल जे लाते है ना ना किश्तां अगलिया को तरिया ना तो गल च गूठ ये उन्हें देना आण के लोन वाले ने तो नाले लग पता जाऊ जरा मेरे तो चोरिया कमा कि पता लगन दिता वा ये भी हूँ खंभ निकल आए आ करदा कुछ वा तो दसदा कुछ वा पर मैनू तो दीदी समझ नहीं आती 70,000 रुपये ना इन्हों का सरजू इन्हें का समान आजू इन्हों का आए है नहीं भोलीए तू भी कि कुंभ के मेले च गवाची फिर 70 नहीं 90 कह 90 भी तेरे वाला भी आ तेन तो उदो तितर तो उड़ने जो तेन पता लगा लोन तो दीदी उन्होंने मिले वा तू क्यों इन्हें समाइलां दे जान दी है नहीं चल कोई ना साइडिया समाइलां दा केड़ा मुल लगन दिया वा नाले सियाने कहिंदे आ किसे दा वेख के खुश होना चाहिए वा चल आ वधाई दे के आईए प्रीत की करन दई आ आजो बैजो करना की आ ਬਾਲਾ ਹੀ ਬੜਾ ਸੋਹਣਾ ਤੇ ਚਾਬੀ ਦੇ ਗਈ ਕਿ ਜਰਾ ਅੱਖ ਨਹੀਂ ਲੱਭਣ ਨਹੀਂ ਰਹੀ ਅੱਛਾ ਹੋਰ ਸੁਣਾਓ ਕੀ ਕਰਦੀ ਆਈਆਂ ਨਹੀਂ ਕਰਦੀਆਂ ਤੇ ਕੁਛ ਨਹੀਂ ਆਈਆਂ ਤੇ ਮੈਨੂੰ ਇਹ ਗੌਰਵ ਦੇ ਚਾਚੇ ਨੇ ਦੱਸਿਆ ਸੀ ਵੀ ਲੋਨ ਪਾਸ ਹੋ ਗਿਆ ਮਿਲ ਗਏ ਪੈਸੇ ਮੈਂ ਹਾਂ ਬਹੁਤ ਬਹੁਤ ਵਧਾਈਆਂ ਹਨ ਚਲ ਤੁਹਾਨੂੰ ਵਧਾਈਆਂ ਮਹਾਰਾਜ ਵਾਧਾ ਕਰੇ ਉਹਨਾਂ ਦੀ ਮਿਹਰਬਾਨੀ ਜਿੰਨਾ ਨਾਲ ਹੋ ਕੇ ਦਵਾਤਾ ਚਲ ਵਧੀਆ ਹੋ ਗਿਆ ਵਾ ਹਾਂਜੀ ਮੁੰਡਾ ਕੰਮ ਹੀ ਲੱਗ ਜੂਗਾ ਉਹ ਹੀ ਤੇ ਬੜਾ ਧਿਆਨ ਹੀ ਜਾਂਦਾ ਵੀ ਇਹ ਸਾਰੀ ਦਿਹਾੜੀ ਵੀ ਲਾਉਂਦਾ ਟੁੱਟ ਟੁੱਟ ਸਾਰਾ ਦਿਨ ਮਰਨਾ ਤੇ ਦਿਹਾੜੀ ਦੇ ਸਾਹਮਣੇ ਪੈਸੇ ਦਿੰਦੇ ਸੀ ਆਪਣਾ ਸਮਾਨ ਹੋਊਗਾ ਆਪਣੀ ਦੁਕਾਨ ਹੋਊਗੀ ਤੇ 4 ਪੈਸੇ ਵੱਧ ਘਰ ਆਉਣਗੇ ਖਰਚਿਆਂ ਦਾ ਤੇ ਤੁਹਾਨੂੰ ਪਤਾ ਹੀ ਆ ਉਹ ਤਾਂ ਬਿਮਾਰੀ ਘਰ ਪਈ ਆ ਦਵਾਈ ਦਾਰੂ ਦਾ ਕਿੱਥੇ ਸਰਦਾ ਥੋੜੇ ਥੋੜੇ ਪੈਸਿਆਂ ਨਾਲ ਜਿੰਨੀ ਕੁ ਗੌਰਵ ਕਮਾਈ ਕਰਦਾ ਵਾ ਲੂਣ ਤੇਲ ਚੱਲਦਾ ਜਾਂਦਾ ਇੰਨਾ ਥੋੜਾ ਨਹੀਂ ਚੱਲ ਵਧੀਆ ਚੱਲ ਜਾਣੀ ਦੁਕਾਨ ਮੈਨੂੰ ਤਾਂ ਚਾਹ ਹੀ ਬੜਾ ਮੈਂ ਤੈਨੂੰ ਦਵਾ ਦਾ ਲੈ ਕੇ ਮੈਂ ਸੁੱਖ ਚੱਲ ਪਹਿਲਾਂ ਵਧਾਈ ਦੇ ਕੇ ਆਈ ਆ ਪ੍ਰੀਤ ਨੂੰ ਕਿੰਨੇ ਹੀ ਦਿਨਾਂ ਦੇ ਫੇਰੇ ਮਾਰਨ ਡਏ ਆ ਭਾਜੀ ਤੇ ਨਾਲ ਇਹ ਕਦੀ ਕੋਈ ਕਾਗਜ਼ੀ ਕਾਰਵਾਈ ਕਦੀ ਕੁਛ ਪ੍ਰੂਫਾਂ ਦੀ ਅੱਜ ਕੱਲ੍ਹ ਬੜਾ ਹੋ ਗਿਆ ਵਾ ਤੇ ਅੱਜ ਕਿਤੇ ਜਾ ਕੇ ਕੰਮ ਬਣਿਆ ਹੀ ਹੁਣ ਮੈਂ ਥੋੜ੍ਹੇ ਜਿਹੇ ਪੈਸੇ ਵਿੱਚੋਂ ਲਾ ਕੇ ਨਾ ਤੇ ਦੁਕਾਨ ਦਾ ਉਹ ਕਰ ਲਾ ਵਾਇਰਿੰਗ ਲਾਈਟ ਤੇ ਜ਼ਰੂਰੀ ਆ ਉਹ ਤਾਂ ਜ਼ਰੂਰਤੀ ਜ਼ਰੂਰੀ ਆ ਹਾਂ ਗਿਆ ਹੈਗਾ ਹੀ ਸਾਫ਼ ਸਫ਼ਾਈ ਕਰਾਉਣ ਅਜੇ ਆਇਆ ਨਹੀਂ ਹੈ ਦੀਦੀ ਪਹਿਲਾਂ ਲੋਨ ਤੇ ਤੁਹਾਡਾ ਅਜੇ ਕਲੀਅਰ ਨਹੀਂ ਹੋਇਆ ਤੇ ਦੋਹਰੇ ਲੋਨ ਕਿੱਦਾਂ ਮਿਲ ਗਿਆ ਤੁਹਾਨੂੰ ਨਹੀਂ ਪਹਿਲਾਂ ਲੋਨ ਮੇਰੇ ਪ੍ਰੂਫਾਂ ਤੇ ਸੀ ਨਾ ਐਰਕਾ ਗੌਰਵ ਨੇ ਆਪਣੇ ਨਾਂ ਤੇ ਲਿਆ ਵਾ ਅੱਛਾ ਗੌਰਵ ਦੇ ਪ੍ਰੂਫਾਂ ਤੇ ਲੋਨ ਮਿਲਿਆ ਹੀ ਉਹ ਠੀਕ ਠੀਕ ਆ ਚਲ ਵਧੀਆ ਚਲੋ ਆਪੇ ਕੰਮ ਤੁਰ ਪੂ ਹੌਲੀ ਹੌਲੀ ਲਾ ਲੂਗਾ ਲਾਊਗਾ ਕਿਸ਼ਤਾਂ ਤਾਰੂਗਾ ਹੀ ਸਰ ਗਿਆ ਇੰਨੇ ਕੁ ਪੈਸੇ ਨਾ ਫਿਰ 70 ਨਾ ਕਿੱਥੇ ਸਰਨਾ ਕੰਮ ਲਈਏ 20 ਵਿੱਚ ਤੇਰਾ ਵੀ ਆ ਸਾਰੀ ਜਾਣਾ ਕੋਈ ਗੱਲ ਨਹੀਂ ਸਮਾਨ ਹਿਸਾਬ ਦਾ ਪਾ ਲੈਣਗੇ ਆਪੇ ਹੌਲੀ ਹੌਲੀ ਗਾਂ ਵਾਧਾ ਕਰ ਲੈਣਗੇ ਠੀਕ ਵੇ ਹੁਣ ਮੈਨੂੰ ਤਾਂ ਇੰਨੀ ਖੁਸ਼ੀ ਆ ਵੀ ਤੁਹਾਡਾ ਸਰ ਗਿਆ ਮਹਾਰਾਜ ਨੇ ਬਹੁਤ ਵਧੀਆ ਸਾਰ ਦੇਣਾ ਤੇ ਪਰ ਤੇਰੇ ਗਾਰੀ ਹੱਥ ਜੋੜਦੀ ਆ ਮਿੰਤ ਤਰਲਾਈਓ ਹੁਣ ਇੱਜ਼ਤ ਤੇਰੇ ਹੱਥ 'ਚ ਆ ਤੇਰਾ ਭਾਜੀ ਪੈਸੇ ਫੜਾਵੇ ਵੀ ਤੇ ਫੜਨੇ ਨਹੀਂ ਆ ਇੱਦਾਂ ਕਰਕੇ ਪਰੇ ਕਰਦੀ ਨਹੀਂ ਭਾਜੀ ਸਾਡਾ ਸਰ ਗਿਆ ਵਾ ਠੀਕ ਆ ਕੋਈ ਨਹੀਂ ਦਵਿੰਦਰ ਬੇਫਿਕਰੀ ਹੋ ਕੇ ਰਹਿ ਤੈਨੂੰ ਕਿਹਾ ਨਾ ਸਾਡੇ ਵੱਲੋਂ ਤੈਨੂੰ ਕੋਈ ਸ਼ਿਕਾਇਤ ਨਹੀਂ ਆਊਗੀ ਚੱਲ ਠੀਕ ਆ ਫਿਰ ਹੁਣ ਅਸੀਂ ਚੱਲਦੀਆਂ ਨਹੀਂ ਬਹਿ ਜਾਓ ਹਾਂ ਨਹੀਂ ਨਹੀਂ ਅੜੀਏ ਜਦੋਂ ਮੈਨੂੰ ਤੇਰੇ ਭਾਜੀ ਨੇ ਦੱਸਿਆ ਮੈਨੂੰ ਤੇ ਚਾਹ ਹੀ ਬੜਾ ਮੈਂ ਤੈਨੂੰ ਲੈ ਕੇ ਭੱਜੀ ਆਈ ਮੈਂ ਪਹਿਲਾਂ ਵਧਾਈ ਦੇਣੀ ਹੈ ਮੁੰਡੇ ਨੂੰ ਚੱਲ ਕੋਈ ਭੈਣ ਭਰਾ ਤਾਂ ਹੋਊ ਤੇ ਆਪ ਨੂੰ ਵੀ ਫਾਇਦਾ ਹੀ ਆ ਲਾਗੇ ਚਲੋ ਉਹ ਤਾਂ ਮਹਾਰਾਜ ਨੇ ਕਰਨਾ ਬੰਦਾ ਕੌਣ ਆ